ਖਾਣ ਤੋਂ ਬਾਅਦ ਬਾਪੜੀ ਖਾਣ ਦਾ ਸਵਾਦ ਹੀ ਵੱਖਰਾ। ਇਹ ਤੁਹਾਨੂੰ ਇਹੀ ਬਿੰਦਰ ਹੋਇਆ ਸਾਡਾ ਅੱਜ ਦਾ। ਫਿਲਹਾਲ ਪਹਿਲਾਂ ਆਪੀ ਲਈ ਹੁਣ ਦਿੰਦੇ ਹਾਂ ਜੂਸ। ਹਾਏ ਗਾਇਸ, ਵੈਲਕਮ ਬੈਕ ਟੂ ਮਾਈ ਨਿਊ ਬਲੌਗ। ਹੋਪ ਸਾਰੇ ਤੁਸੀਂ ਵਧੀਆ ਹੋਵੋਗੇ। ਰਾਈਟ ਨਾਓ ਟਾਈਮ ਹੋ ਚੁੱਕਾ 1 ਵਜ ਚੁੱਕਿਆ। ਫਿਲਹਾਲ ਤੁਹਾਨੂੰ ਪਤਾ ਹੀ ਹੈ 1 ਵਜੇ ਹੁਣ ਦੇ ਗਰਮੀਆਂ ਦੇ ਟਾਈਮ ਨੇ, ਦਿਨ ਨੇ, ਗਰਮੀ ਪੈਂਦੀ ਹੈ ਬਹੁਤ ਜ਼ਿਆਦਾ ਜੀ। ਫਿਰ ਵੀ ਅੱਜ ਤੁਹਾਡੇ ਲਈ ਇੱਕ ਵੀਡੀਓ ਦਾ ਚੈਲੰਜ ਆਪਾਂ ਰੱਖ ਦੇਣਾ ਜੀ। ਤੁਸੀਂ ਥੰਬਨੇਲ ਔਰ ਟਾਈਟਲ ਤੋਂ ਦੇਖਦੇ ਤੁਹਾਨੂੰ ਪਤਾ ਹੀ ਲੱਗ ਜਾਊ ਵੀ 30 ਚੈਲੰਜ ਹੋ ਸਕਦਾ। ਆਹ ਦੋਨਾਂ ਨੇ ਕਰਨਾ ਹੀ, ਦੋਏ ਪਿੱਛੇ ਖੜੇ ਨੇ। ਜਿਵੇਂ ਪਿਛਲੀ ਵਾਰ ਇਹਨਾਂ ਚੈਲੰਜ ਦਿੱਤਾ ਸੀ ਅਤੇ ਹੁਣ ਚੈਲੰਜ ਵੀ ਇਹਨਾਂ ਨੇ ਹੀ ਕਰਨਾ। ਫ੍ਰੀ ਦੇ ਗੋਲ ਗੱਪੇ, ਇਹ ਫ੍ਰੀ ਦੇ ਗੋਲ ਗੱਪੇ ਹਾਰਡ ਫਿਰਦੇ ਨੇ। ਬਾਕੀ ਤੁਹਾਨੂੰ ਵੀਡੀਓ ਤੁਸੀਂ ਬਣੇ ਰਹੋ, ਜਦ ਤੱਕ ਵੀਡੀਓ ਨੂੰ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ। ਅਤੇ ਤੁਹਾਡੇ ਸਪੋਰਟ ਦੀ ਬਹੁਤ ਜ਼ਿਆਦਾ ਹੀ ਲੋੜ ਆ ਸਾਨੂੰ। ਅਸੀਂ ਨਵੇਂ ਨਵੇਂ ਯੂਟਿਊਬਰ ਬਣਿਆ ਜੇ, ਸਪੋਰਟ ਦੀ ਬਹੁਤ ਜ਼ਿਆਦਾ ਲੋੜ ਆ। ਮਿੰਟ ਵਾਲੀ ਉਹ ਗੱਲ ਆ, ਪਲੀਜ਼। ਅਬ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ, ਵੋ ਜੋ ਲਾਲ ਵਾਲਾ ਬਟਨ ਹੈ ਉਸਕੇ ਸਾਥ ਸਕੈਮ ਕਰੋ ਯਾ ਫਿਰ ਮਹਿਫਿਲ ਜਮਾਓ। ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ ਚਾਹੀਏ। ਸਜਨ ਰੇ ਪਾਸ ਤੋ ਆਨਾ, ਨਾ ਕਭੀ ਮੁਝ ਛੋੜ ਕੇ ਜਾਣਾ, ਓ ਮੇਰੇ ਤੂੰ ਆਸਿਕ ਰਹਿਣਾ, ਆਸਿਕ ਰਹਿਣਾ। ਸਜਨ ਰੇ ਪਾਸ ਤੋ ਆਨਾ, ਨਾ ਕਭੀ ਮੁਝੇ ਹਾਏ ਦਾ। ਇੱਥੇ ਫਿਲਹਾਲ ਆ ਦੇਖੋ ਜੀ, ਪਿੱਛੇ ਰੇੜੀ 'ਤੇ ਹੀ ਪਹੁੰਚ ਚੁੱਕੇ ਹਾਂ। ਜ਼ੋਰ ਦਾ ਪਿਆਰ ਦੇ ਤੁਸੀਂ ਥੰਬਨੇਲ ਤੋਂ ਅਤੇ ਉਦੋਂ ਟਾਈਟਲ ਤੋਂ ਪਤਾ ਲੱਗਿਆ ਜਾਏ ਵੀ ਤੁਹਾਨੂੰ ਤਾਰਾ ਚੈਲੰਜ ਅੱਜ ਅੱਜ ਆਪਾਂ ਰੱਖਿਆ ਦੌੜ ਦਾ ਪੈਂ ਚੈਲੰਜ। ਆ ਪਿੱਛੇ ਖੜੇ ਨੇ ਦੋ, ਇਹਨਾਂ ਦੋਨਾਂ ਨੇ ਚੈਲੰਜ ਕਰਨਾ, ਮੈਂ ਤਾਂ ਕਰਨਾ ਨਹੀਂ। ਮਾਜੋ ਚਲੋ ਫਿਰ। ਦੇਖਦੇ ਹਾਂ, ਆ ਜਾਓ ਚਲੋ ਫਿਰ। ਚਲੋ ਜੀ ਫਿਰ ਚੈਲੰਜ ਹੁਣ ਕਰਦੇ ਹਾਂ ਆਪਾਂ ਸ਼ੁਰੂ। ਬਾਕੀ ਬਾਈ ਨੇ ਪਲੇਟਾਂ ਆਪਾਂ ਨੂੰ ਫੜਾ ਦਿੱਤੀਆਂ ਨੇ, ਆਪਾਂ ਪਲੇਟਾਂ ਫੜਦੀਆਂ ਨੇ ਅਤੇ ਹੁਣ ਕਰਦੇ ਹਾਂ ਚੈਲੰਜ ਸ਼ੁਰੂ। ਦੇਖਦੇ ਹਾਂ ਕੌਣ ਕਿੰਨੇ ਹੁੰਦਾ। ਫਾਈਨਲੀ ਆਪਣੀ ਤਿਆਰੀ ਹੋ ਚੁੱਕੀ ਹੈ। ਦੇਖੋ ਜੀ ਫਿਲਹਾਲ ਮੇਰਾ ਪਹਿਲਾ ਦੌੜ ਲੱਪਾ ਜੇ, ਇਹਨਾਂ ਨੇ ਹਾਰਿਆ ਵੱਧ ਤੋਂ ਵੱਧ ਤਾਂ, ਮੈਂ ਤਾਂ ਵੈਸੇ ਤੂੰ ਡੈਮੋ ਤੇ ਨਾਲ ਭਾਈ ਰਫਤਾਰ ਥੋੜ੍ਹੀ ਖਿੱਚ ਰੱਖਣ ਦੀ, ਬੰਦਾ ਖੜੇ ਨਾ ਉਸ ਸਮਝ ਰਹੇ ਹੋ, ਸਮਝ ਰਹੇ ਹੋ, ਸਮਝ ਰਹੇ ਹੋ ਨਾ। ਬਹੁਤ ਜ਼ਿਆਦਾ ਸ਼ੁਰੂ ਹੋ ਚੁੱਕਾ ਜੀ, ਦਸ ਦਸ ਦੌੜ ਦੌੜ ਹੋ ਚੁੱਕੇ ਨੇ ਨਾ ਹੁਣ ਤੱਕ। ਜਾਣੀ ਵੀ ਬਾਈ ਨੇ ਇੱਧਰ ਦੇਖੋ ਇਹ ਬਣਾ ਰਹੇ ਸ਼ੇ ਜਲਦੀ ਜਲਦੀ, ਅਤੇ ਹਾਰ ਰਹੇ ਨੇ ਦੋ ਜਣੇ। ਦੇਖਦੇ ਹਾਂ ਕਿਹੜਾ ਵੱਧ ਜਾਂਦਾ ਅਤੇ ਉਹਨੂੰ ਫਿਰ ਐਂਡ 'ਤੇ ਇਨਾਮ ਵੀ ਮਿਲਿਆ ਜਾਊਗਾ। ਬਾਕੀ ਇਨਾਮ ਤੁਹਾਨੂੰ ਐਂਡ 'ਤੇ ਦੱਸਾਂਗੇ ਵੀ 3 ਇਨਾਮ ਦਿੱਤਾ ਜਾਊਗਾ ਕਿਹੜਾ ਵੱਧ ਖਾਂਦਾ। ਬਾਈ ਜੀ ਨੂੰ ਪੁੱਛਿਆ ਜਾਵੇ ਇਹਨਾਂ ਦੇ ਵੈਸੇ ਤਿੰਨੇ ਦੌੜ ਦੱਪੇ ਉਹਦੇ, ਤਿੰਨੇ ਦੌੜ ਦੱਪੇ ਉਹਦੇ ਵੀਰੇ ਇਹਨਾਂ ਦੇ ਹੈ। ਹਲੇ ਹੁਣ ਤਾਂ ਤੁਸੀਂ ਦਸ ਦਸ ਏ ਹੋਏ ਨੇ ਹਲੇ ਫਿਲਹਾਲ, ਦੇਖੋ ਤਿੰਨੇ ਤਾਂ ਖਾਂਦੇ ਨੇ। ਬਾਕੀ ਆ ਤੁਹਾਨੂੰ ਜਾਣਦੇ ਚਿੱਟੀ ਸ਼ਰਟ ਵਾਲਾ, ਇਹ ਬੰਦਾ ਤਾਂ ਨਾ ਮੈਂ 70 ਦੌੜ ਦੱਪੇ ਆਰਾਮ ਨਾਲ ਖਾ ਸਕਦਾ, ਅਤੇ ਉਹ ਪਿੱਛੇ ਵਾਲਾ ਦੇਖਦੇ ਜੀ ਉਹ ਤਿੰਨੇ ਖਾਂਦਾ, ਉਹਦੀ ਹਲੇ ਤਾਂ ਲਿਮਿਟ ਨਹੀਂ ਹੈਗੀ, ਇਹਦੀ ਲਿਮਿਟ ਆ ਜੀ ਇਹਦਾ ਨਾ 70 ਦੌੜ ਦੱਪੇ ਮੈਂ ਖਾਦਰਾਂ। ਬਾਕੀ ਦੇਖਦੇ ਹਾਂ ਜਿਹੜਾ ਵੱਧ ਖਾਂਦਾ ਜਿਹੜਾ ਨਹੀਂ ਖਾਂਦਾ। ਤੁਸੀਂ ਵੀਡੀਓ 'ਚ ਬਣੇ ਰਹੋ, ਜਦ ਤੱਕ ਵੀਡੀਓ ਲਾਈਕ ਕਮੈਂਟ ਐਂਡ ਸ਼ੇਅਰ ਜ਼ਰੂਰ ਕਰ ਦਿਓ, ਅਤੇ ਤੁਹਾਡੇ ਲਈ ਇਤਨੇ ਇੰਟਰਸਟਿੰਗ ਇੰਟਰਸਟਿੰਗ ਬਲੌਗ ਆਉਂਦੇ ਰਹਿਣ ਦੇ, ਅਤੇ ਤੁਸੀਂ ਵੀਡੀਓ ਬਣੇ ਰਹੋ। ਰੁਕੋ ਜਰਾ, ਸਬਰ ਕਰੋ, ਬੋਲਾ ਧੱਕਾ ਬੁੱਕੀ ਨਹੀਂ ਕਰਨੇ। ਬਾਈ ਇਹਦੀਆਂ ਤਿੱਖਿਆਂ ਦੀ ਉਹ ਜੁੱਤੀ ਆ, ਤੁਹਾਨੂੰ ਮੈਂ ਲਫ਼ਜ਼ ਲੈਣਾ ਨਹੀਂ ਚਾਹੁੰਦਾ, ਤੁਸੀਂ ਆਪੇ ਸਮਝ ਸਕਦੇ ਹੋ ਵੀ ਇਹਦਾ ਧੀ ਹੋ ਜੁੱਤੀ ਆ। ਬਾਈ ਨੇ ਹਜੇ ਥੋੜ੍ਹੀ ਰਫ਼ਤਾਰ ਤਾਂ ਢਾਈ ਹੋਈ, ਹੁਣ ਬਾਈ ਨੂੰ ਅੱਬਾ ਦੇਣਾ ਹੀ, ਥੋੜ੍ਹੀ ਰਫ਼ਤਾਰ ਵਧਾਵੇ ਵੀਰੇ, ਥੋੜ੍ਹੀ ਰਫ਼ਤਾਰ ਖਿੱਚ ਤੇਰਾ। ਰਫ਼ਤਾਰ ਖਿੱਚ ਤੇ ਰੱਖ, ਰੁਝਣਾ ਨਹੀਂ ਚਾਹੀਦਾ ਨਾ ਦੱਬ। ਮੇਰੇ ਕੋਲ ਦਾੜੀ ਕਿੱਲੀ ਹੋਊਗੀ, ਦੇਖਦੇ ਤਿੰਨੇ ਤਿੰਨੇ ਖਾਂਦੇ ਨੇ।
खींचते रखो दम। टाइम भी है ना सर 15 मिनट जी ना 100-150 रुपए खाना ही आड़न लग गए। समझ रहे हो ना हलसा ही 20 दौड़ दबे हुए ने हुणे जवाब दे रहे ने 70 दी कैपेसिटी वाला मुंडा ते हुणे आड़ रहे 20 ते खाली पानी वाले कहते ही जना दे ठंडे में मेरे दे ओ देखो ओले दौड़ दबे आड़ चुके ने ओले प्लेट तो भी पहले ही दो दो ते मुंह च जा रही थे उड़े मैं 70 रुपए दे गया 70 को मेरे 70 दौड़ दबे दी गल होई सी आपा 50 रुपए दे गया नहीं तेरे 50 दी तो नहीं 70 दौड़ दबे दी गल सी ओदे दड़ दे जी ओदी कैपेसिटी है नहीं ओ सामने वाली दी तोली बना भाई ऐसे तोले होता है भाई आन आन तो खींचते रखे ना उतना नहीं देना मैं तो खड़ा खींचते रख कॉम्बिनेशन थोड़ा सवाल भी नहीं आ रहा थोड़ा इंटरेस्ट और नहीं पे थोड़ा आप तो परे हो गया पानी तो होगा ना मैंने तो लगा मैंने भी मैदान चुत्तर में ही पैना फिर हूँ बस भाई अपनी तो बस है पानी आले खाने ने हाथ मारा दम ओह 15 दौर हथ ला दिया चल झूठा बस भाई आप नहीं खाने और भाई विनिंग गोल गप्पा दे मैं जितना अच्छा जित गया भाई ਨਹੀਂ ਸਾਡੀ ਦੋਨਾਂ ਦੀ ਤਾਂ ਉਹ ਚੁੱਕੀ ਆਈ ਬਸ ਇਹ ਓਵਰ ਫਲੋ ਹੋ ਜਿੱਤੇ ਬੰਦਾ ਸਾਡਾ ਆਹੀ ਜਿੱਤੇ ਤੇ ਇਹੀ ਬੰਦਾ ਦੌੜ ਦਾ ਪਿਆ ਦਾ ਹੀ 50 ਦੌੜ ਦਾ ਪਿਆ ਦਿਆ ਮੇਰੀ ਤਾਂ 20 ਆਹ 15 ਦਾ ਹੀ ਆਹ ਦੇਖੋ ਇਹਦੀ ਜਦੋਂ ਦੇਖੋ 15 ਕਿਨੇ ਖਾਦੇ ਦੱਸੀ ਸਕਰ ਮੈਂ 15 ਦੌੜ ਦਾ ਪਿਆ ਦੇ ਨਾ ਚਲਾ ਨਾ ਮੇਰੇ ਨੈਣ ਦੀ ਅਸੀਂ ਮਾਰੀਆਂ ਨਾ 30 ਹੋਰ ਉੱਤੇ ਭਾਈ ਨੇ ਭਾਈ ਮੈਂ ਹਜੇ ਹੋਰ ਖਾਦਾ ਹੈ सो फाइनली दौड़ दोपे हाथ चुते मैं 30 दौड़ दोपे
ਆਹ 15 ਦੌੜ ਦਾ ਪਿਆਲਾ ਬੰਦਾ ਆਹਦੇ ਸਾਰ ਨਾਲ ਵੱਧ ਤਾਂ ਜੀ ਆਹ ਬੰਦੇ ਨੇ ਹੱਦ ਆ ਜੀ ਇਹਨੇ ਹੱਦ ਨੇ 40 ਤੋਂ 45 ਦੌੜ ਦੱਪੇ ਇਹਨੇ ਸਾਰ ਨਾਲ ਵੱਧ ਇਹਨੇ ਹੱਦ ਨੇ ਇਹੀ ਬਿੰਦਰ ਹੋਇਆ ਸਾਡਾ ਅੱਜ ਦਾ ਝੂਟਾ 30 ਗੋਲ ਗੱਪੇ ਤੂੰ ਗੱਲ ਖਾ ਕੇ ਸਾਡੇ 30 ਦੌੜ ਦੱਪੇ ਹੱਦ ਨੇ ਗੋਲ ਗੱਪੇ ਖਾਧੇ ਨੇ ਸਾਰੇ ਗਿਣ ਕੇ ਇਹਨੇ ਚੱਲ ਤੁਸੀਂ 10 ਲਾ ਲਓ ਮੈਂ ਤਾਂ ਉਹ ਵੀ ਪਿੱਛੇ ਆ ਵੀਰੇ ਯਾਨੀ ਬਿੰਦਰ ਆਪਣਾ ਉਹ ਹੋਇਆ ਉਹਦੇ ਲਈ ਸਰਪ੍ਰਾਈਜ਼ ਗਿਫਟ ਮਿਲੂਗੀ ਵੀਰੇ ਤੁਹਾਨੂੰ ਸਰਪ੍ਰਾਈਜ਼ ਗਿਫਟ ਦੇ ਲਈ ਰੱਖਿਆ ਹੈ ਧਰਿਆ ਤਾਂ ਤੁਹਾਨੂੰ ਦਿੰਦੇ ਆਪਾਂ ਆ ਵੀ ਬਰੋ ਟਿੱਡ ਕਿੱਡਾ ਹੋ ਗਿਆ ਵੀਰੇ ਟਿੱਡ ਦਾ ਹੋਣਾ ਹੀ ਸੀ ਤੇ ਫਿਰ ਫਿਲਹਾਲ ਹੀ ਹਾਂ ਦਾ ਸਵਾਦ ਹੀ ਵੱਖਰਾ ਇਹ ਤੁਹਾਨੂੰ ਵੀ ਦੇ ਦੀ ਹਾਂ ਲੜ ਆ ਦੇ ਲੈ ਨਾ ਸਾਰੇ ਬੋਰਡ ਤੇ ਲੈ ਤਾਂ ਬੈਠੇ ਭਾ ਤੇਰੇ ਫਿਲਹਾਲ ਪਾਪੜੀ ਆਪਣੀ ਆ ਚੁੱਕੇ ਨੇ ਖਾਣੇ ਆ ਭਾਈ ਚੰਗਾ ਨਹੀਂ ਖਾਣੀ ਵੀ ਪਹਿਲੇ ਵੀ ਪਾਪੜਾ ਨਹੀਂ ਤੁਹਾਡਾ ਦਾਦੂ ਰਸ ਪੀਣਾ ਜੀ ਮੈਂ ਚੱਲ ਹੁਣ ਦੰਨੇ ਦਾ ਰਸ ਪੀ ਲੈਂਦੇ ਹਾਂ ਬਾਕੀ ਮੇਰੀ ਕਪੈਸਿਟੀ ਇੰਨੀ ਹੈ ਨਹੀਂ ਦੀ ਹੁਣ ਉਧਰਲੀ ਢਿੱਡ ਮੇਰਾ ਪਹਿਲਾਂ ਹੀ ਭਰਿਆ ਇਹਨਾਂ ਨੇ ਪੀਣਾ ਦੰਨੇ ਦਾ ਰਸ ਇੱਧਰੋਂ ਆ ਜਾਂਦਾ ਜੀ ਇਹਨਾਂ ਹੁਣ ਦੰਨੇ ਦਾ ਰਸ ਵੀ ਪੀਣਾ ਇਹਨਾਂ ਨੇ ਆਹ ਹੜੇ ਨੇ ਦੋ ਹੜੇ ਇਹਨਾਂ ਦੀ ਕਪੈਸਿਟੀ ਬਹੁਤ ਆ ਵੀਰ ਬਹੁਤ ਜ਼ਿਆਦਾ ਕਪੈਸਿਟੀ ਇਹਨਾਂ ਦੀ ਆਹ ਦੰਨੇ ਦਾ ਰਸ ਪੀ ਤੇ ਹੁਣ ਠੰਡਾ ਵੀ ਹੋ ਲਈਏ ਫਿਰ ਅਜੇ ਥੋੜ੍ਹਾ ਠੰਡਾ ਵੀ ਹੋ ਲਈਏ ਇੰਨੇ ਬਾਈ ਬਣਾ ਰਿਹਾ ਇੰਨੇ ਸਾਡਾ ਬਾਈ ਦੇਖ ਜਾਂ ਕੀ ਕਰ ਰਿਹਾ ਬਾਈ ਫਿਰ ਹੁਣ ਤੈਨੂੰ ਤੇਵੇਂ ਦਾ ਐਕਸਪੀਰੀਅੰਸ ਲੱਗ ਰਿਹਾ ਵੀ ਦੌੜ ਦੱਪੇ ਹਾਤੇ ਪਹਿਲਾਂ ਨੂਣ ਪਵਾ ਲਈ ਤੇ ਤਾਲਾ ਨੂਣ ਪਾਉਣਾ ਵੀ ਜ਼ਰੂਰੀ ਹੁੰਦਾ ਹੈ ਦੌੜ ਦੱਪੇ ਹੱਦ ਹੁਣ ਹਾਜ਼ਮ ਵੀਜ਼ਾ ਕਰਨੀ ਜੀ ਥੋੜ੍ਹੇ ਜਿਹੇ ਵੈਸੇ ਮੇਰੇ ਢਿੱਡ ਦਾ ਜੀ ਪੁੱਛਾਂ ਉਸ ਬੈਂਡ ਵੱਜਾ ਪਿਆ ਆਹ ਦੇਖ ਲਓ ਜੀ ਆਹ ਤੇ ਮੇਰੇ ਹਿੱਸੇ ਦਾ ਵੀ ਆ ਪੀਣ ਨੂੰ ਫਿਰਦੇ ਨੇ ਇਹੋ ਜਿਹਾ ਤਾਂ ਬੰਦੇ ਹੁੰਦੇ ਨੇ ਵੈਸੇ ਆਪਣਾ ਪਾਉਣ ਲੱਗਦੇ ਨੇ ਬਾਈ ਸੋਨੂ ਨੇ ਸਾਰਿਆਂ ਨਾਲੋਂ ਪਹਿਲਾਂ ਸੋਨੂ ਹੱਥ ਪਾਉਂਦਾ ਹੋਇਆ ਦਰਾਜ ਨੂੰ ਤੇ ਇੱਧਰ ਨੂਣ ਤੋੜਦੇ ਤੇ ਦਰਾਜ 'ਚ ਜੂਸ ਪਾਉਂਦਾ ਹੋਇਆ ਬਾਈ ਤੂੰ ਇੰਨਾ ਸ਼ਰਮਾ ਦੇ ਹੋ ਰਿਹਾ ਪਹਿਲਾਂ ਤੂੰ ਦੱਸ ਨਵੀਂ ਨਹੇਲੀ ਬੋਲਣ ਵੰਦੋ ਸ਼ਰਮਾ ਤੇ ਹੋ ਰਿਹਾ ਦਰਾਜ ਆਪਣਾ ਜੂਸ ਵੈਸੇ ਤਿਆਰ ਹੋ ਚੁੱਕਿਆ ਵੀਰੇ ਹੁਣ ਮੈਂ ਫੜ ਨਹੀਂ ਸਕਦਾ ਤੁਹਾਨੂੰ ਪਹਿਲਾਂ ਉਹ ਪੀ ਲਈ ਹੁਣ ਦੰਨੇ ਦਾ ਜੂਸ ਯਾਨੀ ਜੂਸ ਨਹੀਂ ਇਹਨੂੰ ਰਸ ਤਾਂ ਇਹਨਾਂ ਨੇ ਬਾਕੀ ਰਸ ਪੀ ਰਿਹਾ ਜੀ ਹੁਣ ਮੈਂ ਥੋੜ੍ਹਾ ਖਾਧਾ ਪੀਤਾ ਹਾਜ਼ਮ ਵੀ ਹੋ ਜੂਗਾ ਥੋੜ੍ਹਾ ਜਿਹਾ ਇਹਨਾਂ ਦਾ ਹੱਦ ਹੀ ਦੱਸ ਨਹੀਂ ਇਹਦਾ ਖਾਣੇ ਵਾਲਾ ਦਾ ਬੰਦਾ ਸਾਡੇ ਆਹਦੇ ਪਿੱਛੇ ਆਹੀ ਖੜਾ ਹੈ ਇਹਦੀ ਸਾਡੇ ਨਾਲ ਵੱਧ ਕਪੈਸਿਟੀ ਜ਼ਿਆਦਾ ਆ ਖਾਣ ਦੇ ਮਾਮਲੇ 'ਚ ਇੰਨੀ ਕਪੈਸਿਟੀ ਨਹੀਂ ਹੈਗੀ ਆਪਣੀ ਮੋਟਰਸਾਈਕਲ ਚਲਾਉਣ ਦਾ ਵੀ ਜੀ ਨਹੀਂ ਕਰਦਾ ਵੀਰੇ ਮੋਟਰਸਾਈਕਲ ਚਲਾਉਣ ਦਾ ਜਮਾ ਹੀ ਜੀ ਨਹੀਂ ਕਰਦਾ ਇਹਦਾ ਨਾ ਬਾਈ ਹੁਣ ਮੈਂ ਕਹਿਣਾ ਨਹੀਂ ਚਾਹੁੰਦਾ ਵੀ ਪੈਸੇ ਵੀਰੇ ਤੁਸੀਂ ਸਮਝ ਰਹੇ ਹੋ ਹੁਣ ਉਹ ਬਾਈ ਤੁਸੀਂ ਮੈਨੂੰ ਵੱਧ ਸਮਝ ਬਾਈ ਹਲੋਲੇ ਆਏ ਸੀ ਨਾ ਤਿੰਨ ਇੱਥੇ ਟੱਪ ਗਿਆ ਮੇਰਾ ਕੁਛ ਧਰਨ ਪੈ ਗਈ ਓਏ ਧਰਨ ਪੈ ਗਈ ਲਈ ਉਹ ਜ਼ਿਆਦਾ ਖਾ ਲੇ ਹਾਏ ਬਹੁਤ ਜ਼ਿਆਦਾ ਮੈਂ ਦੌੜ ਦੌੜ ਬਾਈ ਮੈਂ ਬਿਮਾਰ ਨਾ ਹੋ ਜਾ ਬਾਈ ਕੋਈ ਗੱਲ ਨਹੀਂ ਟੈਨਸ਼ਨ ਵਾਲਾ ਦੋ ਦਿਨ ਛੁੱਟੀ ਨੇ ਆਪਾਂ ਨੂੰ ਮੋਟਰਸਾਈਕਲ ਛਾਵੇਂ ਲਾਉਣ ਆ ਗਿਆ ਆਪਣਾ ਸੋਨੂ ਬਾਈ ਪਿੱਛੇ ਆਉਂਦਾ ਓਰੇ ਕੌਣ ਆ ਗਿਆ ਕਹਿੰਦੇ ਕੌਣ ਆ ਗਿਆ ਇਹ ਕਹਿੰਦੇ ਸੋਨੂ ਆ ਗਿਆ ਅੱਜ ਇਹਨੇ ਗੋਲ ਗੱਪੇ ਖਾਣ ਦਾ ਰਿਕਾਰਡ ਤਾਂ ਤੋੜਿਆ ਨੀ ਉਹ ਆਪਾਂ ਹੀ ਤੋੜਿਆ ਸੀਗਾ ਵੀਰੇ ਕਹਿੰਦੇ ਗੋਲ ਗੱਪੇ ਢਿੱਡ ਭਰ ਗਿਆ ਦੇਖੋ ਇਹ ਜ਼ਿਆਦਾ ਹੋ ਗਿਆ ਥੋੜ੍ਹਾ ਜਿਹਾ ਜੋਤ ਪਤਾ ਨਹੀਂ ਕਿੱਥੇ ਮਰ ਗਿਆ ਦੇਖਣਾ ਪੈਣਾ ਹੁਣ ਦੁਬਾਰ ਤੋਂ ਜਦ ਤੱਕ ਕੀ ਕੀਤਾ ਜਾਵੇ ਇਹ ਕਹਿੰਦੇ ਜੋਤ ਵੀ ਆ ਗਿਆ ਸਾਡੇ ਪਿੱਛੇ ਇਹ ਕਹਿੰਦੇ ਬਿੱਲੀਆਂ ਬੁਲਾਉਂਦਾ ਆਉਂਦਾ ਮੁੰਡਾ ਬਿੱਲੀਆਂ ਬੁਲਾਉਂਦਾ ਆਉਂਦਾ ਚੁੱਪ ਰਹਿ ਲਓ ਜੀ ਫਿਰ ਹੁਣ ਅਸੀਂ ਦੌੜ ਦੱਪੇ ਹੱਥ ਫਿਲਹਾਲ ਆ ਚੁੱਕੇ ਹਾਂ
ਜਿਵੇਂ ਤੁਹਾਨੂੰ ਪਤਾ ਹੀ ਹੈ ਦੌੜ ਦੱਪਿਆਂ ਦਾ ਚੱਲ ਹੁੰਦਾ ਸੀ, ਦੌੜ ਦੱਪੇ ਹਾਰ ਤੇ ਅੱਜ ਤੁਸੀਂ ਮੇਰਾ ਤਾਂ ਤੁਸੀਂ ਦੇਖਣਾ ਹੀ ਵੀਡੀਓ ਦੇਖੇ ਹੋ ਪਿੱਛੇ 20-25 ਦੌੜ ਦੱਪੇ ਖਾਦੇ ਮੇਰੇ ਤੇ ਬਸ ਸੌ ਗੋਲ ਗੱਪੇ ਖਾਧੇ ਨੇ ਗਿਣ ਕੇ, ਮੈਂ 50 ਕੁ ਖਾ ਗਿਆ, ਅੱਧੀ ਕਹਿੰਦੇ ਖਾ ਗਏ, 20 ਨੇ ਵਲੌਗ 'ਚ ਤੁਸੀਂ ਇੰਨੀ ਵਾਰੀ ਬੋਲ ਚੁੱਕੇ ਹੋ ਕਿ ਸਮੀਰ ਜਿੱਤ ਗਿਆ, ਤਾਂ ਮੈਂ ਜਿੱਤ ਗਿਆ ਨਾ, ਹਾਂ ਬਸ ਜਿੱਤੇ ਹੋਏ ਮਾਰਤੇ ਸੀ ਬਸ, ਮੇਰਾ ਗਿਫਟ ਤੁਹਾਨੂੰ ਅਗਲੀ ਵੀਡੀਓ 'ਚ ਮਿਲਦਾ, ਉਹ ਸਰਪ੍ਰਾਈਜ਼ ਆ ਜੀ, ਹਲੇ ਤਿਆਰ ਹੋ ਰਿਹਾ ਜੀ, ਹਲੇ ਫਲਿੱਪਕਾਰਟ 'ਚ ਔਡਰ ਦਿੱਤਾ ਸੀ, ਉਹ ਲੇਟ ਹੋ ਗਿਆ ਉੱਥੋਂ, ਉਹਨਾਂ ਨੇ ਹਜੇ ਭੇਜਿਆ ਨਹੀਂ ਇਹਦਾ, ਬਾਕੀ ਹੁਣ ਇਹਨੂੰ ਨੈਕਸਟ ਵਲੌਗ 'ਚ ਉਹ ਸਰਪ੍ਰਾਈਜ਼ ਗਿਫਟ ਦਿੱਤਾ ਜਾਊਗਾ, ਆਹ ਬੰਦਾ ਵਿੱਚ ਵਿਚਾਰਾ ਛੱਡ ਗਿਆ ਜੀ, ਖਬਰਾਂ ਮੈਨੂੰ ਕੀ ਦੇਣਗੇ ਹੁਣ ਗਿਫਟ, ਚਲੋ ਜੀ ਆਪਾਂ ਮਿਲਦੇ ਹਾਂ ਅਗਲੇ ਵਲੌਗ 'ਚ, ਜਦ ਤੱਕ ਲਈ ਅਲਵਿਦਾ, ਖੁਦਾ ਹਾਫਿਜ਼। ਔਰ ਅਗਰ ਤੁਮ ਲੋਗ ਨਏ ਹੋ ਤੋ ਸਬਸਕ੍ਰਾਈਬ ਕਰੋ, ਉਹ ਜੋ ਲਾਲ ਵਾਲਾ ਬਟਨ ਹੈ ਉਸ ਪੇ ਇੰਡੀਆ ਕਾ ਸਭ ਸੇ ਬੜਾ ਮੋਮੋ ਫੈਕ ਕੇ ਮਾਰੋ ਜਾਂ ਗੋਲ ਗੱਪਾ, ਮੁਝੇ ਨਹੀਂ ਪਤਾ, ਬਸ ਕਲਿੱਕ ਹੋ ਜਾਣਾ।